Assalamualaikum, ladies and gentlemen. आज हम निकले हैं जनाब कोटली से वापस. कोटली से वापस और रास्ते में हम आपको दिखाएंगे. बड़ाली दरबार, गुलपुर बाजार और जिधर हम बैठते हैं परदेसी होटल पे नाश्ता करते हैं. ये सफर हमारा डड़ियाल तक इसी तरह जारी रहा सी. हाँ, मुख्तलिफ चीजा तकाइया दसन. ये है जी गुलार कानूनी. असं गुलार कानूनी बनाने निकलने पे हाँ. कोटली का इख्तिताम होना पाया. सारियां सवारियां पानी पीनियां. हम समय पकड़ो जरा सा बोतल पा रहा जाओ तो सब पानी ले जाओ. ये है जी दरबार आलिया बाबा सैयद अकबर शाह बादशाह. रहमान साहब जाए रहे पानी लेने वास्ते. पानी आई है सू. यह जी दरबार है आलिया. मीरपुर एसी 282 रावलपिंडी 117 उलाड़ 40 सहरसा 16 किलोमीटर. जी है जी सजे हाथ रोड होनी है ना इधर
ਇਹ ਸੈਂਸੇ ਜਾਣੀਆਂ ਤੇ ਜਿਹੜਾ ਸਿੱਧਾ ਰੋਡ ਜਾ ਰਿਹਾ ਏ ਮੀਰਪੁਰ ਜਾਣਾ ਤੇ ਇਹ ਸੈਂਸੇ ਵਾਲਾ ਰੋਡ ਪਿੰਡੇ ਵੀ ਜਾਣਾ ਇਹ ਰੋਡ ਪਿੰਡੇ ਵੀ ਜਾਣਾ ਅਸਾਂ ਜਾ ਰਹੇ ਹਾਂ ਸਿੱਧੇ ਮੀਰਪੁਰ ਵਾਲੇ ਪਾਸੇ ਇਹ ਆ ਗੁਲਪੁਰ ਬਾਜ਼ਾਰ ਛੋਟਾ ਬਾਜ਼ਾਰ ਹੈ ਲੇਕਿਨ ਸਾਫ਼ ਸੁਥਰਾ ਖੁੱਲ੍ਹਾ ਡੁੱਲਾ ਬਾਜ਼ਾਰ ਹੈ ਸ਼ੁਰੂ ਹੋਣੇ ਨਾਲ ਹੀ ਉਹ ਥਾਂ ਖਤਮ ਹੋਈ ਜਾਣਾ ਬਸ ਗੁਰਪੁਰ ਬਾਜ਼ਾਰ ਖਤਮ ਹੋਈ ਹੈ ਜੀ ਬੜੀ ਮਸ਼ਹੂਰ ਜਲੇਬੀ ਹੈ ਇੱਥੇ ਨੀ ਵਾਈਟ ਕਲਰ ਵਾਲੀ ਹਾਂਜੀ ਉਹ ਜਿਹੜੀ ਨੁਕਰਾ ਪਰ ਦੁਕਾਨ ਨਹੀਂ ਹੈ ਜਿਹੜੀ ਸਹਿਸੇ ਰੋਡ ਜਾਣੀ ਹੈ ਉਹ ਬੰਨਾ ਦੁਕਾਨ ਭਾਈ ਬਰਾਰ ਹੋਣੇ ਸਾੜੇ ਅੰਮ੍ਰਿਤਸਰ ਟੋਪੀ ਵਾਲਾ ਰਸ ਖਾ ਸਕਦੇ ਗਾਰਡਰ ਕੇਕ ਇਹਨੇ ਗਾਰਡਰ ਕੇਕ ਚਲਸੀ ਦਾ ਜਿਹੜਾ ਨਾ ਰਸ ਇੱਥੇ ਨਹੀਂ ਲੱਗਦਾ ਬਹੁਤ ਅੱਛਾ ਲੈ ਉਹ ਮਾਰੋ ਜੀ ਬੋਰਡ ਉੱਪਰ ਉਹ ਤਾਂ ਕੋਈ ਸਪੈਸ਼ਲ ਜੀ ਇਹ ਮੈਂ ਫਰੈਂਡ ਮੋਬਾਈਲ ਨਾੜ
ਇਹ ਜਨਾਬ ਇਹਨਾਂ ਨੇ ਓਨਰ ਬਰਾਰ ਸਾਹਿਬ ਇਹ ਸ਼ਾਪ ਇਹਨਾਂ ਨੇ ਜਨਾਬ ਜਨਾਬ ਕਿਤਨੀ ਪੁਰਾਣੀ ਦੁਕਾਨ ਹੈ ਸਰ ਇਹ ਵੀ ਤਕਰੀਬਨ ਮਤਲਬ ਕਾਫੀ ਪੁਰਾਣੀ ਸ਼ਾਪ ਹੈ ਮਾਸ਼ਾ ਅੱਲਾਹ ਜੀ 17-18 ਸਾਲ ਪੁਰਾਣੀ ਸ਼ਾਪ ਹੈ ਜੀ ਜੀ ਇਹ ਜਨਾਬ ਖਿਦਮਤ ਵਾਸਤੇ ਹਾਜ਼ਰ ਬਰਾਦ ਸਾਹਿਬ ਗੁਜ਼ਾਰੇ ਬੈਠੇ ਨਾਲ ਹੀ जी ये हम अबरार की दुकान से वेले होकर नाड़ बाजार से गुजरते हुए आगे हम जाएंगे कश्मीर मोबाइल शॉप से इंशाल्लाह उसके बाद मुलाकात होती है।